नाभा में एक विवाहित की हत्या, पति ने पत्नी को उतारा मौत के घाट। जानकारी के अनुसार नाभा के गेट नंबर 4 के पास गोविंद कॉलोनी में जसवीर कौर नाम की एक महिला, जिसकी शादी फरवरी 2023 में हुई थी और पति पत्नी के बीच अक्सर झगड़ा होता रहता था, परिवार में दोनों ही रहते थे और आज उक्त महिला की लाश घर में ही मिली। इस मौके पर फॉरेंसिक टीम भी पहुंची और फिंगरप्रिंट की जांच की जा रही है। तो उन्हें जाके उत्थे पुलिस रिपोर्ट करती कि मैं इन्हें तंग परेशान करना, पर फिर पुलिस वाले ने समझा बजा के भेजती थी। थोड़े दिन हुए ने, मतलब 15-20 दिन हुए ने आई नू, तो असी तो बहुत घट बार देखी है। सब तो पहले किसने देखा? ਇਹਦੇ ਬਾਰੇ ਆਪਾਂ ਨੂੰ ਕੁਛ ਨਹੀਂ ਪਤਾ ਜੀ, ਕਿਉਂਕਿ ਪਰਸੋਂ ਦੀ ਮੈਂ ਤਾਂ ਪਰਸੋਂ ਚੌਥੇ ਐਤਵਾਰ ਸੰਡੇ ਦੀ ਦੇਖੀ ਹੋਈ ਹੈ ਜੀ। ਸੰਡੇ ਨੂੰ ਉਰੇ ਦੋਏ ਮੀਆਂ ਵੀ ਉਰੇ ਪਤਾ ਲੱਗਿਆ, ਮੈਨੂੰ ਤਾਂ ਹੁਣ ਪਤਾ ਲੱਗਿਆ ਜੀ, ਬਸ ਪੁਲਿਸ ਆਉਣ ਤੋਂ ਬਾਅਦ ਬਹੁਤ ਟਾਈਮ ਬਾਅਦ ਪਤਾ। ਇਹਦੇ ਹਸਬੈਂਡ ਦਾ ਕੀ ਨਾਮ ਆ, ਉਹ ਕੀ ਕੰਮ ਕਰਦੇ ਨੇ? ਇਹਦੇ ਹਸਬੈਂਡ ਦਾ ਨਾਮ ਅਮਨ ਆ ਜੀ, ਉਹ ਟੈਕਸੀ ਚਲਾਉਂਦੇ ਨੇ, ਕਿਸੇ ਦੀ ਡਰਾਈਵਰੀ ਕਰਦੇ ਨੇ। ਇਹ ਰਿਹਾਇਸ਼ ਇਹਨਾਂ ਦੀ ਆਪਦੀ ਆ? ਹਾਂਜੀ ਆਪਣੀ ਇਹਨਾਂ ਦੀ। ਕਿੱਥੇ ਪਿਆ ਸੀ ਮਤਲਬ ਪਤਾ? ਇਹ ਪਟਿਆਲੇ ਸਨੌਰੀ। ਕਿੰਨੇ ਟਾਈਮ ਤੋਂ ਇੱਥੇ ਮਤਲਬ ਮੈਰਿਜ ਹੋਈ? ਇਹਨਾਂ ਦੀ ਮੈਰਿਜ ਫਰਵਰੀ 'ਚ ਹੋਈ ਹੈ ਜੀ, ਅਤੇ ਰਹਿੰਦੇ ਨੇ ਆਪਾਂ ਨੂੰ 1.5 ਸਾਲ ਵਾਂਗੂ ਹੋ ਗਿਆ ਜੀ ਰਹਿੰਦਿਆਂ ਨੂੰ। ਨਾ ਨਾ ਨਾ, ਕੋਈ ਲੜਾਈ ਝਗੜਾ ਨਹੀਂ, ਵੈਸੇ ਨੇਚਰ ਦੇ ਬਹੁਤ ਵਧੀਆ ਮੁੰਡੇ ਨੇ ਜੀ, ਨੇਚਰ ਬਹੁਤ ਵਧੀਆ ਜੀ ਮੁੰਡਿਆਂ ਦੀ। ਤਿੰਨ ਭਾਈ ਨੇ ਪਤਾ ਲੱਗਿਆ ਕਿਉਂ ਕਤਲ ਕਿਉਂ ਕੀਤਾ? ਨਹੀਂ ਇਹ ਨਾ, ਇਹਦੇ ਬਾਰੇ ਕੁਛ ਨਹੀਂ ਪਤਾ ਜੀ, ਪਰ ਇਹਦੀ ਘਰ ਵਾਲੀ ਥੋੜ੍ਹੀ ਜਿਹੀ ਵੀ ਇਹਨੂੰ ਤੰਗ ਪਰੇਸ਼ਾਨ ਹੀ ਕਰਦੀ ਸੀ, ਜਿਹਨੇ ਦੀ ਡੈਥ ਹੋਈ ਆ ਮੁੰਡੇ ਨੂੰ ਤੰਗ ਪਰੇਸ਼ਾਨ ਕਰਦੀ ਸੀ। ਵਿਆਹ ਨੂੰ ਤਕਰੀਬਨ 4-5 ਮਹੀਨੇ ਹੀ ਹੋਏ ਨੇ, ਫਰਵਰੀ 'ਚ ਵਿਆਹ ਹੋਇਆ, ਮੰਨ ਲਓ ਮੰਨ ਕੇ ਚੱਲੋ ਵੀ ਫਰਵਰੀ 'ਚ ਵਿਆਹ ਹੋਇਆ। ਲੜਕੀ ਦੀ ਡੈਥ ਹੋਈ ਹੈ, ਇਹਦੇ ਮਾਂ ਬਾਪ ਕਿੱਥੇ ਰਹਿਣਗੇ? ਇਹ ਸਨੌਰ ਦੇ ਨੇ। ਇੱਕ ਮੈਟਰ ਸਾਨੂੰ ਰਿਪੋਰਟ ਹੋਇਆ ਸੀ, ਜਿਸ ਵਿੱਚ ਜਸਵਿੰਦਰ ਕੌਰ ਡਾਟਰ ਆਫ ਸੁੱਚਾ ਸਿੰਘ, ਜੋ ਗੋਬਿੰਦ ਨਗਰ 40 ਨੰਬਰ ਫਾਟਕ ਕੋਲ ਮੈਰਿਡ ਸੀ ਲੜਕੀ, ਉਸ 'ਤੇ ਡੈਡ ਬੋਡੀ ਮਿਲੀ ਹੈ, ਜਿਸ ਤਹਿਤ ਅਸੀਂ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਬਿਆਨ ਲਿਖ ਕੇ ਮੁਕੱਦਮਾ ਦਰਜ ਕਰ ਲਿਆ। ਉਹਦੀ ਇਹਦੇ ਹਸਬੈਂਡ ਵਾਈਫ ਦਾ ਆਪਸ ਡਿਸਪਿਊਟ ਸੀਗਾ ਜੀ, ਇਹਦੇ ਹਸਬੈਂਡ ਦੁਆਰਾ ਹੀ ਇਸਨੂੰ ਮਾਰਿਆ ਗਿਆ, ਅਤੇ ਅਸੀਂ ਉਹਨਾਂ ਦੇ ਲੜਕੀ ਦੇ ਪਰਿਵਾਰ, ਜੋ ਉਹਦਾ ਪੇਕਾ ਪਰਿਵਾਰ ਹੈ, ਉਹਨਾਂ ਦੇ ਬਿਆਨ 'ਤੇ ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆ। ਮਾਰਿਆ ਕਿਵੇਂ ਗਿਆ ਜੀ? ਇਹ ਹਲੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ, ਅਸੀਂ ਹਲੇ ਉਹ ਤੋਂ ਪੂਰਾ ਪੁੱਛ ਪੜਤਾਲ ਕਰ ਰਹੇ ਹਾਂ। ਜਿੱਥੇ ਤੱਕ ਹਲੇ ਪਤਾ ਲੱਗਿਆ, ਉਹਨੇ ਗਲ ਘੁੱਟ ਕੇ, ਇਹਨਾਂ ਦੀ ਆਪਸ 'ਚ ਕਿਸੇ ਗੱਲ ਤੋਂ ਬਹਿਸ ਹੋਈ ਸੀ, ਉਹਨਾਂ ਦੀ ਲੜਾਈ ਹੋਈ ਆਪਸ 'ਚ, ਅਤੇ ਉਹਨੇ ਗਲ ਘੁੱਟ ਕੇ ਲੜਕੀ ਨੂੰ ਮਾਰ ਦਿੱਤਾ। ਕਿੰਨੇ ਕੁ ਵਜੇ ਦੀ ਵਾਰਦਾਤ ਆ ਜੀ ਇਹ ਸਾਰੀ? ਇਹ ਪਤਾ ਲੱਗਿਆ ਕਿ ਇਹ 2 ਦਿਨ ਪਹਿਲਾਂ ਦੀ ਉਹਨੇ ਮਾਰੀ ਹੋਈ ਹੈ ਲੜਕੀ, ਅਤੇ ਉਸ ਤੋਂ ਬਾਅਦ ਉਹ ਕਿਤੇ ਚਲਿਆ ਗਿਆ ਸੀਗਾ, ਅਤੇ ਹਲੇ ਮੈਟਰ ਆਫ ਅਸੀਂ ਜਿਵੇਂ ਜਿਵੇਂ ਪੜਤਾਲ ਅੱਗੇ ਆਊਗੀ, ਸਾਹਮਣੇ ਕੁਛ ਤੱਥ ਆਉਣਗੇ, ਅਸੀਂ ਤੁਹਾਨੂੰ ਉਹਦੇ ਪਰ ਜਾਣ। ਇਤਲਾਹ ਕਿਹਨੇ ਦਿੱਤੀ ਜੀ ਫਿਰ? ਉਹ ਜਿਹੜਾ ਲੜਕੀ ਦੀ ਮਦਰ ਆਈ ਸੀ ਸਾਡੇ ਕੋਲ ਕਿ ਉਹਦੀ ਜਿਹੜੀ ਡਾਟਰ ਆ ਉਹ ਮਿਸਿੰਗ ਹੈ, ਉਹਦੇ ਫੋਨ ਵਗੈਰਾ ਨਹੀਂ ਮਿਲ ਰਹੇ, ਉਹਦਾ ਜਿਹੜਾ ਹਸਬੈਂਡ ਆ ਉਹਦਾ ਫੋਨ ਵੀ ਨਹੀਂ ਮਿਲ ਰਿਹਾ, ਜਿਸ ਤਹਿਤ ਅਸੀਂ ਇਹਨੂੰ ਪੜਤਾਲ ਚੰਗੀ ਤਰ੍ਹਾਂ ਢੰਗਾਈ ਨਾਲ ਪੜਤਾਲ ਕੀਤੀ ਗਈ, ਅਤੇ ਸਾਨੂੰ ਪਤਾ ਲੱਗਿਆ ਕਿ ਉਹਦੀ ਡੈਡ ਬੋਡੀ ਉਹਦੇ ਘਰ 'ਚ ਹੀ ਪਈ ਆ, ਉੱਥੋਂ ਅਸੀਂ ਰਿਕਵਰ ਕਰਕੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆ। ਮੈਰਿਜ ਕਦੋਂ ਹੋਈ ਸੀ? ਇਹਨਾਂ ਦੀ ਫੈਬਰੀ 'ਚ, ਇਸੇ ਸਾਲ ਫੈਬਰੀ 'ਚ ਹਲੇ ਤੱਕ ਪਤਾ ਲੱਗਿਆ ਕਿ ਵਿਆਹ ਹੋਇਆ ਸੀ। ਜੀ ਲੜਕੀ ਕਿੱਥੋਂ ਦੀ ਹੈ ਜੀ? ਇਹ ਸਨੌਰ ਕੋਲ, ਸਨੌਰ ਦੇ ਨੇ ਬੇਸਿਕਲੀ, ਉਹ ਲੜਕੀ ਦਾ ਪੇਕਾ ਪਰਿਵਾਰ ਸਨੌਰ ਦਾ,